ਓਕੇ ਸੋ ਅਸੀਂ ਪਹੁੰਚ ਗਏ ਗੁਜਰਾਂ ਦੇ ਘਰੇ ਮੈਂ ਖੋਲਦਾ ਤੇ ਫਿਰ ਘਰ ਬਣਾਉਣਾ ਸੌਖਾ ਹੁੰਦਾ ਜਦੋਂ ਇਦਾਂ ਮੂਵ ਕਰਦੇ ਫਿਰ ਮਿੱਟੀ ਕਿੱਥੋਂ ਇੱਥੋਂ ਲੱਗ ਜਾ ਕੇ ਇਕੱਠੀ ਕਰਦੇ ਓਕੇ ਮੁੰਡਾ ਬਾਹਰ ਤੋਂ ਪੇ ਵੱਡਾ ਹੀ ਦਿਨੀ ਮੁੰਡਾ ਆਹੋ ਮੁੰਡੇ ਪਿੱਛੇ ਕਿਉਂ ਛੋੜੇ ਸਹਿਜ ਕਰੇ ਜਾਗ ਹੋਈ ਆ 1 2 3 ਹੁਣ ਪਿੱਛੇ ਕਰ ਲੋ ਯੈਸ ਕਿਹਨੂੰ ਖੜੀਏ ਫਿਰ ਮੈਂ ਨੂੰ ਦਵਾਂ ਨੂੰ ਦਵਾਂ ਓਕੇ ਚੱਲ ਆ ਜਾ ਪੁੱਤ ਤੁਸੀਂ ਕਿੰਨੇ ਖਾ ਲਏ ਸਵੇਰ ਦੇ ਨਹੀਂ ਖਾਲੋ ਕਿੰਨੇ ਖਾਦੇ ਨਹੀਂ ਖਾਲੋ ਮੈਂ ਖਾਲਦਾ ਨਹੀਂ ਖਾਲੋ ਇਹ ਨਹੀਂ ਦਿੱਤਾ ਇਹ ਨਹੀਂ ਦਿੱਤਾ ਇਹ ਤੂੰ ਟਰਾਈ ਵੀ ਨਹੀਂ ਕੀਤਾ ਤੂੰ ਤੇ ਟਰਾਈ ਵੀ ਨਹੀਂ ਕੀਤੀ ਪਹਿਲਾਂ ਟਰਾਈ ਕਰ ਖੋਲਣ ਦੀ ਠੀਕ ਆ ਚੱਲ ਖੋਲ ਕੇ ਦਿਖਾ ਸਾਨੂੰ ਦਾਦਾ ਦਾ ਕੋਟ ਖਾ ਖੋਲ ਜਣੇ ਆ ਖੋਲ ਜਣੇ ਆ ਆ ਤੇ ਆ ਕੁਰਸੀ ਆਉਂਦੀ ਹੂੰ ਕੀ ਆਉਂਦੀ ਆ ਕੁਰਸੀ 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 ਗੁਜਰਾ ਕਾ ਜਾਣਾ ਕਹਿੰਦੀ ਨਹੀਂ ਮੰਮਾ ਕੋ ਨਹੀਂ ਜਾਣਾ ਉਹ ਜਾਣਾ ਬਾਅਦ ਤੋਂ ਨਾ ਬਾਅਦ ਤੋਂ ਜਾਣਾ ਹੁਣ ਅਸੀਂ ਚਾਚੀ ਕੋਲ ਪਕੌੜੇ ਖਾਣ ਲੱਗੇ ਹਾਂ ਮੈਂ ਵੀ ਮੇਰੀ ਵੀਡੀਓ ਵੇਖੀ ਜਿਹੜੀ ਪਿੰਡ ਵਾਲੀ ਪਾਈ ਸੀ ਮੈਂ ਨਹੀਂ ਵੇਖੀ ਉੱਥੇ ਬਹਿ ਕੇ ਬਹਿੰਦੇ ਆ ਅੰਦਰ ਬਹਿ ਕੇ ਬਹਿੰਦੇ ਆ ਮੁੰਨਾ ਭਾਜੀ ਆ ਮੁੰਨਾ ਭਾਜੀ ਆ ਮੁੰਨਾ ਭਾਜੀ ਆ ਦੇਖਿਓ ਚਾਹ ਪਈ ਅਸੀਂ ਚੱਲੇ ਉੱਥੇ ਗੁਜਰਾਂ ਦੇ ਘਰੇ ਮੈਂ ਸਾਰਾ ਪਿੰਡ ਸਾਰੇ ਘਰ ਤਿਆਰ ਕਰ ਲਏ ਮੈਂ ਕਿਹਾ ਅੱਜ ਸਾਰਿਆਂ ਨੇ ਗੁਜਰਾਂ ਦੇ ਘਰੇ ਜਾਣਾ ਆ ਸੋ ਪਾਪਾ ਜੀ ਆਉਂਦੇ ਤੇ ਉਹ ਸਭ ਤੋਂ ਵੱਡੇ ਪਾਪਾ ਜੀ ਪਿੱਛੇ ਆਉਂਦੇ ਡੰਡਾ ਲੈ ਕੇ ਆ ਗਏ ਪਾਪਾ ਜੀ ਪਾਪਾ ਜੀ ਨੂੰ ਬਿਲਕੁਲ ਨਹੀਂ ਸੁਣਦਾ ਜਿਹੜੇ ਵੱਡੇ ਪਾਪਾ ਜੀ ਆ ਸੋ ਮੈਂ ਹਮੇਸ਼ਾ ਆਪਣੇ ਫੋਨ ਤੇ ਜਾਂ ਤੇ ਮੈਂ ਪੰਜਾਬੀ ਚ ਟ੍ਰਾਂਸਲੇਟ ਕਰਕੇ ਤੇ ਜਾਂ ਮੈਂ ਉਦਾਂ ਲਿਖ ਕੇ ਖਦੋ ਬਹੁਤ ਪੜੇ ਆ ਤੇ ਉਹ ਆਰਮੀ ਚ ਹੁੰਦੇ ਸੀਗੇ ਤੇ ਲਾਈਕ ਬਹੁਤ ਜ਼ਿਆਦਾ ਪੜੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ ਮੈਂ ਇੰਗਲਿਸ਼ 'ਚ ਵੀ ਲਿਖਦੀ ਹਾਂ ਤੇ ਜੇ ਮੈਂ ਪੰਜਾਬੀ 'ਚ ਵੀ ਲਿਖਦੀ ਸੋ ਜਦੋਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਦੋਂ ਮੈਂ ਐਕਸ਼ਨ ਵਗੈਰਾ ਕਰਦੀ ਫਿਰ ਉਹਨਾਂ ਨੂੰ ਮੈਂ ਲਿਖ ਕੇ ਦੱਸਦੀ ਤੇ ਉਹਨੇ ਮੈਂ ਕਹਿਣੀ ਵੀ ਆਪਣਾ ਗੁਜਰਾਂ ਘਰੇ ਚੱਲੇ ਹਾਂ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਫਿਰ ਮੈਂ ਲਿਖਿਆ ਵੀ ਗੁਜਰ ਕਹਿੰਦੇ ਅੱਛਾ ਗੁਜਰ ਆ ਉਹਦਾ ਇੱਕ ਅੱਪਾ ਸਾਰੇ ਜਣੇ ਗੁਜਰਾਂ ਘਰੇ ਚੱਲੇ ਹਾਂ ਹੀ ਲਾਈਕ ਓਕੇ ਸੋ ਆਪਾਂ ਸਾਰੇ ਜਣੇ ਗੁਜਰਾਂ ਘਰੇ ਚੱਲੇ ਕੋਈ ਨਹੀਂ ਕੁਛ ਦੱਸੋ ਗੱਲ ਸੁਣਾਓ ਗੱਲ ਇਹਨੀ ਆ ਕੋਈ ਐਲਬਮ ਬਣਾਉਂਦੇ ਹੁੰਦੇ ਹੋ ਹਾਂਜੀ ਚਲੋ ਮੈਂ ਪਾਪਾ ਜੀ ਦੀਆਂ ਵੀਡੀਓ ਬਣਾ ਬਣਾ ਕੇ ਬਣਾ ਕੇ ਉਹਨਾਂ ਨੂੰ ਦਿਖਾਉਂਦੀ ਰਹਿੰਦੀ ਹਾਂ ਇੰਨੀਆਂ ਦੀ ਤੂੰ ਐਲਬਮ ਬਣਾਉਂਦੀ ਹੁੰਦੀ ਹੈ ਆਈ ਬਾਜੀ ਪੈ ਗਈ ਚੋਰ ਨਿਕਲ ਕੇ ਬਾਗਾ ਚੋਰ ਕੀ ਬੀਬੀ ਬੈਠੀ ਥੀ ਜੂੜਾ ਕਰਕੇ ਬੈਠੀ ਥੀ ਚਾਏ ਗਰਮ ਕਾਫੀ ਗਰਮ ਪੀਣੇ ਵਾਲਾ ਬੇਸ਼ਕ
पीने वाला बेशरम। ओके सो असीं पहुंच गए गुजरां दे घरे। मैं हमेशा जिनी वारी आनी हुंदी आ जदों भी कोई गुजर लागे हुंदे मैं हमेशा गुजरां दे घर जानी, बिकॉज वन ओह बहुत नाइस हुंदे आ, टू उन्हां दा घर अंदरों बहुत सोहणा हुंदा आ। सो मैं तुहानूं दिखाऊंगी की दिखाउण लगे आपां, कित्थे चले आपां, गुजरां दे घर। असीं तुहानूं दिखावांगे गुजरां दा घर। घर चलिए क्या, चलो चलो। ਸਤਿ ਸ਼੍ਰੀ ਅਕਾਲ। ਇਹ ਪੰਜਾਬੀ ਬੋਲਦੇ ਸਾਰੇ? ਆਹੋ। ਤੁਸੀਂ ਕਿੱਥੋਂ ਆਏ? ਅਸੀਂ ਇੱਥੇ ਰਹਿਣ ਵਾਲੇ ਪੰਜਾਬ ਦੇ। ਪੰਜਾਬ ਦੇ? ਆਹੋ। ਤੁਹਾਡੀ ਬਣਾ ਲਾਂ ਵੀਡੀਓ? ਬਣਾ ਲਾ। ਓਕੇ। ਪਹਿਲਾਂ ਕਿੱਥੇ ਦੇ? ਪਹਿਲਾਂ ਇੱਥੇ ਰਹਿੰਦੇ। ਇਸੇ ਪਿੰਡ 'ਚ? ਪਹਿਲਾਂ ਕਿੱਥੇ ਰਹਿੰਦੇ ਸੀ? ਇੱਥੇ ਹੀ ਰਹਿੰਦੇ, ਕੋਟਲੀ। ਕੋਟਲੀ ਬੋਟਾ ਬਾਟਾ ਬਣਿਆ। ਫਿਰ ਆਪਾਂ ਤੁਸੀਂ ਇੱਧਰ ਨੂੰ ਆ ਗਏ? ਇੱਥੇ ਕਦੋਂ ਆਏ? ਇੱਥੇ ਦੇ ਹੋ ਗਏ ਸਾਨੂੰ ਕੋਈ 6 ਮਹੀਨੇ ਆ ਗਏ। 6 ਮਹੀਨੇ ਹੋਏ ਤੇ ਉਧਰੋਂ ਉਧਰੋਂ ਕਿ ਉਧਰ ਰਹਿੰਦੇ ਰਾਤ ਚੱਕਦੇ, ਕਦੇ ਕੋਟਲੀ ਫਿਰ ਕੋਟਲੀ ਰਾਤ ਚੱਕ। ਤੇ ਫਿਰ ਘਰ ਬਣਾਉਣਾ ਸੌਖਾ ਹੁੰਦਾ ਜਦੋਂ ਇਦਾਂ ਮੂਵ ਕਰਦੇ? ਔਖਾ ਹੁੰਦਾ? ਕੌਣ ਕੌਣ ਬਣਾਉਂਦਾ ਹੁੰਦਾ ਫਿਰ? ਕਿੰਨਾ ਆਪੂ ਬਣਾ ਲੈਣੇ ਚੱਲਦੇ ਇੱਥੇ ਆਪੇ? ਕਿੰਨੇ ਜਾਣੇ ਤੁਸੀਂ? 4 ਜਾਣੇ ਰਹਿੰਦੇ ਇੱਥੇ? ਆਹੋ ਪਾਪਾ ਰਹਿੰਦਾ ਨਾਲ। ਓਕੇ ਫਿਰ ਮਿੱਟੀ ਨਾਲ ਹੀ ਆਪੇ? ਕਿੰਨਾ ਚਿਰ ਲੱਗਦਾ ਹੁੰਦਾ? ਲੱਗ ਜਾਂਦਾ ਮਹੀਨਾ ਬਣਾਉਂਦੇ ਬਣਾਉਂਦੇ। ਮਹੀਨਾ? ਤੇ ਫਿਰ ਉਹਨਾਂ ਚਿਰ ਜੇ ਚੌਂਦਾ ਚੁੰਦਾ ਹੋਵੇ ਜਾਂ ਕੋਈ ਮਹੀਨੇ ਇੱਦਾਂ ਬਣਾਉਂਦੇ ਜਦੋਂ ਨਹੀਂ ਮੀਂਹ ਪੈਂਦਾ? ਚੌਂਦਾ ਫਿਰ ਇਹਦੇ ਉੱਤੇ ਦੇ 2-3 ਦਿਨ ਤਰਪਾਲਾ ਪੈਂਦਾ। ਅੱਛਾ ਆਪੇ ਤੁਸੀਂ 5 ਜਾਣਿਆਂ ਨੇ ਬਣਾਇਆ? ਵਾਹ। ਫਿਰ ਮਿੱਟੀ ਕਿੱਥੋਂ, ਇੱਥੋਂ ਲੱਗ ਜਾ ਕੇ ਇਕੱਠੀ ਕਰਦੇ? ਇੱਥੇ ਪੋਟ ਪਟ ਲਈਦੀ ਆ। ਅੱਛਾ ਵਾਹ। ਇਹ ਕਿੱਥੋਂ ਸਿੱਖਿਆ ਤੁਸੀਂ? ਸ਼ੁਰੂ ਤੋਂ ਹੀ ਸਿੱਖਣਾ ਹੈ? ਇੱਦਾਂ ਹੀ ਮਾੜਾ ਮੋਟਾ ਕਰ ਕੂਦ ਲਿਆ। ਸੋਹਣਾ ਬਣਿਆ, ਨਿੱਘਾ ਰਹਿੰਦਾ ਅੰਦਰੋਂ ਹਨਾ, ਠੰਡ ਨਹੀਂ ਆਉਂਦੀ? ਆਪਣੀ ਵੀ ਵਿੱਚ ਗਿਣੀ ਜਾਣੀ ਆ। ਇਹ ਕੁੜੀ ਆ, ਇਹ ਮੁੰਡਾ ਆ। ਬੋਲਦਾ ਦਿਨੇ ਹੋਣਾ ਸੀ, ਦਿਨੇ ਟਾਈਮ ਨੀ ਲੱਗਿਆ ਤੇ ਹੁਣ ਟਾਈਮ ਸੀਗਾ। ਰੋਟੀ ਪਾਣੀ ਇੱਥੇ ਕਰਦੇ? ਜ਼ਿਆਦਾ ਕੀ ਬਣਾਉਂਦੇ ਹੁੰਦੇ? ਦਾਲ ਦੂਲੀ। ਦਾਲ ਦੂਲੀ ਬਣਾ ਲੈਂਦੇ, ਸਬਜ਼ੀ ਬਣਾ ਲੈਂਦੇ ਕਈ ਵਾਰ। ਇਹ ਧਾਰਾ ਕੱਢਣ ਦੀ ਆ ਨਾਲ ਦਾ, ਉਧਰ ਚੱਲ ਗਿਆ। ਓਕੇ ਓਕੇ। ਕਿੰਨੀਆਂ ਮੱਝਾਂ? ਮੱਝਾਂ ਹੈਗੀਆਂ 30-35। 30-35 ਮੱਝਾਂ ਹੀ ਆ? ਸਾਰੀਆਂ ਮੱਝਾਂ ਹੀ? ਓਕੇ ਓਕੇ। ਕੋਈ ਕੱਟੇ ਕੁੱਟੇ ਵੀ ਪੈ ਜਾਂਦੇ ਜੀ? ਫਿਰ ਦੁੱਧ ਵੇਚਦੇ? ਆਹੋ ਦੁੱਧ ਵੇਚਦੇ ਹੀ ਗਾ। ਠੀਕ ਆ, ਕਾਰੋਬਾਰ ਚੱਲਿਆ, ਰੋਟੀ ਪਾਣੀ ਹਾਂ ਵਧੀਆ ਚੱਲੀ ਜਾਂਦਾ, ਟਾਈਮ ਪਾਸ ਹੈ ਜੀ, ਟਾਈਮ ਪਾਸ ਹੈ ਜੀ। ਓਕੇ। ਮੁੰਡਾ ਬਾਹਰ ਤੁਰੇ ਵੱਧਾ ਹੀ ਦਿਨੇ? ਮੁੰਡਾ? ਆਹੋ ਉੱਤਰ ਜਾਂਦਾ ਵੱਧਾ ਮਗਰੋਂ। ਵੱਧਾ ਕਿਉਂ? ਅੱਛਾ ਉੱਤਰ ਜਾਂਦਾ ਆ? ਉੱਤਰ ਜਾਂਦਾ, ਕੰਮ ਵਿੱਚ ਲਿਬੜੇ ਸੀ ਗੋਏ ਵਿੱਚ। ਨਹੀਂ ਜਿੱਦਾਂ ਤੁਸੀਂ ਰਹਿੰਦੇ ਆ ਬਹੁਤ ਮਿਹਨਤ ਕਰਦੇ। ਬਾਏ ਬਾਏ ਦਿਨੇ ਆਇਓ। ਬਾਏ ਕਰਦੇ ਕਰੋ। ਬਾਏ ਬਾਏ ਬਾਏ। ਮੁਝੇ ਪਿੱਛੇ ਕਿਉਂ ਛੋੜ ਰਹੇ ਹੋ? ਮੁਝੇ ਪਿੱਛੇ ਕਿਉਂ ਛੋੜ ਰਹੇ ਹੋ? ਆਪ ਅੱਗੇ ਆ ਰਹੀ ਜਾਂਦੀ ਹੋ, ਤੁਸੀਂ ਬਾਈ ਬਾਈ ਹੋ। ਤੁਸੀਂ ਬਾਈ ਬਾਈ ਹੋ? ਮੁਝੇ ਪਿੱਛੇ ਛੋੜ ਦਿਆ। ਬਾਈ ਬਾਈ ਹੋ? ਬਾਈ ਬਾਈ ਹੋ? ये सब भाई भाई आगे जा रहे हैं, हमें पीछे छोड़ दिया। हाँ जी, पापा को भी पीछे छोड़ गया, दो जाने आगे लग गए। आगे लग गए हैं। टिड्डा जा, पाजी कितने हैं? पाजी आप हैं ना, टाप एमलिया दीदी, ओ चौटू, ओ रवि, ओ बहुत फोड़े मोटसो सारे नाम से गणी गणी जीजा ज्योति ज्योतु रवि सारे गणी नाम तक नाम दाल पा कितने हैं फिर? ਕੀ ਪਤਾ ਤੈਨੂੰ? ਤੁਸੀਂ ਬਾਹਰ ਕਲਿੱਪ ਲੈਂਦਾ? ਬਾਹਰ ਲੈਂਦਾ? ਵਾਹ ਮੈਨੂੰ ਪਤਾ ਸੀ, ਪਤਾ ਸੀ ਤੈਨੂੰ। ਤੈਨੂੰ ਕਿੰਨੇ ਦੱਸਿਆ ਸੀ? ਮੈਨੂੰ, ਮੈਂ ਆਪੇ ਆਪੇ ਸੋਚ ਲਿਆ। ਆਪੇ ਸੋਚ ਲਿਆ? ਹਾਂ। ਕਿਸੇ ਕਰਦੇ ਕਿਸੇ?
सारी इटा अंदर जा रही है यहाँ पे हम भुग्गा बालेंगे इधर नु कर लेने फिर उधर मंजी डालेंगे इधर मंजी डालेंगे। गाइस बाहर बहुत अंधेरा हो गया वा पर मैं सारे दे जाके कहना है आ जाओ आ जाओ आ जाओ आ जाओ पर मैं बहुत डर लगता रीत ना कि रीत बिल्कुल नहीं डरती किसी भी चीज़ तो ना कुत्तियां तो डरती ना वो किसी चीज़ तो डरती। सारा कुछ रेडी हो गया साढ़े मिनी भुगे वास्ते रीत जागो भैया हाय शी सो शी स्लीपिंग ओए ये सुती भैया ने पता नहीं लगा मैं ओ हो गई उठ उठ जगराता करना सही रात आपा हाय डराता इदा खलोता तू इत्थे लाइट जी कहीं लाइट जागो भैया किधरो भैया आजो 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 चलो चलिए चलो चलो चलिए सहज करे जागो भैया जागो ऐसी पापा जी नहीं आप खा भी ली आप बाल भी दिता होर ना बाल के फिर आ गए थोड़ा जा निग्गा हो जाए उत्थे दो मिनट नहीं दो घंटे कोटी कुटी ला लो तुम अपनी हाय अंदर भी कुंडी ला ले चलो आ जाओ इधर मम्मी पापा भी लिया बाकी सारा पिंड सौ गया सो बाकी सारे ठा नहीं सकते क्योंकि थोड़े जे बुजुर्ग ने रात दे 10 बज गए ते सारे बार बैठे आ ते चाह चाहिदी है सारे नूं बिकॉज़ अपेरेंटली जदों भुग्गा बलदा होवे चाचू कहते चाह पीना शगन हों पर मैं लगता भी चाचू न चाह की एडिक्शन हुई है तो वह हर एक बहाना लभद चाह पीन का तो उन्होंने अपने नाल सारे 11 जने धक्के चाह पिनी उन्हें सारे पूछा चाह पीनी सारे कहते नहीं हम सारे कहते चाह पीनी है सो हम 11 जने ने चाह पीनी है और कप्स आर रेडी चाची ने यह डिलेमा होन दिया भी इतने छेती बन जूगी कि इतने छेती बन जूगी चाची यार कदी पुठे पंगे हो लेने बड़ा गर्म होया पतीला अगे अगे बाबा जी अगे इदा ग्लासी अगे करो 1 2 3 हुन पीछे कर लो यस आंदी ला
ਮੈਂ ਬਜਣੀਆਂ ਤੇ ਆ ਗਈਆਂ ਚੁੱਪ ਕਰ ਖਾਈ ਜਾ ਕੋਈ ਗੱਲ ਨਹੀਂ ਆ ਚਲਾਈ ਗੁੱਡ ਮਾਰਨਿੰਗ ਫਰੋਮ ਮੇਰਾ ਪਿੰਡ ਜਿੱਥੇ ਅੱਧੇ ਕੁ ਲੋਕ ਬਿਮਾਰ ਨੇ ਬੱਤੀ ਗਈ ਆ ਬੱਤੀ ਗਈ ਸੀ ਸਿਲੰਡਰ ਚੋਂ ਗੈਸ ਮੁੱਕਣ ਦੀ ਆ ਹੀਟਰ ਠੀਕ ਹੋਣ ਡਿਆ ਫਿਰ ਅਸੀਂ ਫਿਰ ਵੀ ਧੱਕੇ ਨਾਲ ਚਾਹ ਬਣਾਉਣ ਡਿਆ ਵੇਲਣਾ ਲੈ ਕੇ ਬੈਠੇ ਚਾਚੀ ਸਾਰੇ ਲੈਣ ਚ ਲੱਗੇ ਉਹ ਭਰਾਵਾ ਇੱਕ ਨੂੰ ਫੜਦਾ ਉਹ ਦੂਜਾ ਫੜ ਲੈਂਦਾ ਚਾਚੂ ਨੂੰ ਚਾਹ ਚੜਿਆ ਹੈਗਾ ਵੀ ਪਕੌੜੇ ਪਕੌੜੇ ਕੱਢ ਕੇ ਖਾਵਾਂਗੇ ਚਾਚੂ ਨੂੰ ਵੀ ਖਿਚੜੀ ਖਵਾਉਣ ਦੇ ਸਹਿਜ ਨੂੰ ਹੈਲੋ ਗੁੱਡ ਮਾਰਨਿੰਗ ਹੈਲੋ ਸਹਿਜ ਹੈਲੋ ਇੱਧਰ ਆ ਜਾ ਹੁਣ ਨਾ ਭੱਜੀ ਆਪਾਂ ਚੱਲੇ ਹਾਂ ਅੱਜ ਸਾਡਾ ਪਿੰਡ 'ਚ ਲਾਸਟ ਡੇ ਆ ਸਾਡੇ ਲਈ ਕੱਲ੍ਹ ਆਪਾਂ ਵਾਪਸ ਆਉਣਾ ਇੱਥੇ ਫੋਟੋਸ਼ੂਟ ਕਰਨ ਵਾਸਤੇ ਅਸੀਂ ਫੋਟੋਸ਼ੂਟ ਕਰਨੀ ਆ ਅਤੇ ਲਾਈਕ ਰਹਿਣ ਵਾਲਾ ਲਾਸਟ ਡੇ ਆ ਭੱਜਣਾ ਉਹਨਾਂ ਤੋਂ ਇਹਨੂੰ ਰੋਜ਼ ਨਵੀਂ ਯਾਰੀ ਕਰਨੀ ਪੈਂਦੀ ਸਵੇਰੇ ਰੈਡੀ ਓਕੇ ਜੁੱਤੀ ਲਾ ਕੇ ਬੈਠ ਤੇ ਬਹਿ ਤੈਨੂੰ ਮੈਂ ਦੇਣਾ ਨਹੀਂ ਫਿਰ ਚੌਂਕੜੀ ਮਾਰ ਕੇ ਦੇਣਾ ਵੱਡੀ ਚੀਜ਼ ਐਡੀ ਵੱਡੀ ਚੀਜ਼ ਖਲ ਗਈ ਇੱਕ ਮਿੰਟ ਬਸ ਕੀ ਆ ਸੋਹਣਾ ਆ ਇਹ ਵੀ ਰੀਤ ਦਾ ਖੋਲ ਕੇ ਵੇਖ ਖੋਲ ਕੇ ਵੇਖ ਇਹ ਫਰਾਕ ਆ ਚੁੰਨੀ ਓਕੇ ਆ ਤੇਰੀ ਕੋਟੀ ਸੋਹਣੀ ਆ ਆ ਤੇਰੀ ਸ਼ਰਟ ਸੋਹਣੀ ਆ ਪਸੰਦ ਓਕੇ ਰੀਤ ਮੰਮਾ ਨੂੰ ਦੇ ਦੂੰਗੀ ਮੈਂ ਉਹ ਕਹਿੰਦੀ ਮੈਂ ਹੁਣੇ ਘਰ ਰੱਖ ਕੇ ਆਉਣਾ ਹੈ ਉਹ ਡਿੱਗ ਚਲੇ ਆਈ ਥੱਲਿਓ ਨਹੀਂ ਡਿੱਗਦਾ ਹੁਣੇ ਪਾ ਕੇ ਆ ਗਈ ਕੋਟੀ ਤੇ ਚੁੰਨੀ ਇਟਸ ਬਾਈ ਟਾਈਮ ਗਾਇਸ ਐਵਰੀਬਡੀ ਇਜ਼ ਸਟੈਂਡਿੰਗ ਬਾਈ ਆਰ ਡੋਰ ਟੂ ਸੇ ਬਾਏ ਬਟ ਓ ਇੱਕ ਬੰਦੇ ਨੂੰ ਪਤਾ ਨਹੀਂ ਕਿ ਆਪਾਂ ਚੱਲੇ ਹਾਂ ਸੋ ਉਹ ਬੰਦਾ ਬਾਹਰ ਨਹੀਂ ਆਇਆ ਸੋ ਅਸੀਂ ਉਹ ਬੰਦੇ ਨੂੰ ਮਿਲਣਾ ਹੈ ਬਿਕੋਜ਼ ਉਹ ਬੰਦਾ ਬਹੁਤ ਜ਼ਰੂਰੀ ਆ ਇਹਨੂੰ ਬੰਦੇ ਨੂੰ ਸੁਣਦਾ ਵੀ ਨਹੀਂ ਹੈਲੋ ਜੀ ਅਸੀਂ ਚੱਲੇ ਆਈ ਥਿੰਕਸ ਵੀ ਜਸਟ ਕੇਮ ਦਿਸ ਇਜ਼ ਗੋਇੰ ਟੂ ਬੀ ਸੋ ਸੈਡ ਓਕੇ ਪਾਪਾ ਜੀ ਅਸੀਂ ਚੱਲੇ ਵਾਪਸ ਹਾਂ ਵਾਪਸ ਚੱਲੇ ਵਾਪਸ ਜਾਣਾ ਹਾਂਜੀ ਹਾਂਜੀ ਅੱਛਾ ਹਾਂਜੀ ਗੱਡੀ ਤੋਂ ਨਾ ਨਹੀਂ ਗੱਡੀ ਸਟਾਰਟ ਆ ਬਸ ਚੱਲੇ ਆ ਆ ਕੀ ਕਰਨ ਦੇ ਨਹੀਂ ਨਹੀਂ ਪਾਪਾ ਜੀ ਵਾਪਸੀ ਆ 3 ਦਿਨਾਂ ਵਿੱਚ ਜਾਣਾ ਪੈਣਾ ਫਿਰ ਨਹੀਂ ਆਉਣਾ ਨਹੀਂ ਨਹੀਂ ਬਸ ਹੀ ਲੁਕਿੰਗ ਫਾਰ ਮਨੀ ਨਹੀਂ ਨਹੀਂ ਚਾਹੀਦਾ ਕੁਛ ਨਹੀਂ ਚਾਹੀਦਾ ਮੈਂ ਕੁਛ ਨਹੀਂ ਮੈਂ ਤੇ ਮਾਰ ਕੱਢਾਂਗਾ
ਪੈਸੇ ਚਾਹੀਦੇ ਤੇ ਆ ਗਏ ਨਹੀਂ ਪੈਸੇ ਨਹੀਂ ਚਾਹੀਦੇ ਬਸ ਪਿਆਰ ਚਾਹੀਦਾ ਤੁਹਾਡਾ ਪਿਆਰ ਜੱਫੀ ਜੱਫੀ ਚਾਹੀਦੀ ਬਸ ਜੱਫੀ ਓਕੇ ਪਾਪਾ ਜੀ ਹਾਂਜੀ 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 नहीं नहीं है? ਸਿੱਧਾ ਧਿਆਨ ਰੱਖਿਆ ਕਰੋ ਠੀਕ ਹੈ ਠੀਕ ਹੈ